ਕੇਰਵਾਲ ਸਾਹਿਬ ਤੇ ਇੰਟਰਵਿਊ ਅੱਜ ਵੀ ਉਹਨਾਂ ਦਾ ਅਵੇਲੇਬਲ ਹੈ ਕਹਿੰਦੇ ਸੀ ਮੈਂ 20000 ਕਰੋੜ ਰੁਪਇਆ ਤੋਂ ਮਾਈਨਿੰਗ ਸੇ 1 ਸਾਲ ਮੈਂ ਪਚਾਉਂਗਾ ਲੋਕਾਂ ਨੂੰ ਤੇ ਰੇਤ ਮਿਲਣ ਨਹੀਂ ਢਈ ਜਿਹੜੀ ਰੇਤ ਹੈਗੀ ਹੈ ਪਹਿਲੇ 3000 ਨੂੰ ਮਿਲਦੀ ਸੀ ਉਹ ਰੇਤ ਜਿਹੜੀ ਹੁਣ ਲੋਕਾਂ ਨੂੰ ਉਹ 6000 7000 ਰੁਪਏ ਦੇ ਨੂੰ ਨਹੀਂ ਮਿਲਦੀ ਤੇ ਲੋਕ ਕਿੱਥੇ ਟਕਰਾਂ ਮਾਰਨ ਸਰਕਾਰੀ ਦਫ਼ਤਰਾਂ ਦੇ ਵਿੱਚ ਭ੍ਰਸ਼ਟਾਚਾਰ ਰੁਕ ਨਹੀਂ ਰਿਹਾ ਇਹ ਬਿਲਕੁਲ 100% ਗੱਲ ਹੈ ਅਸੀਮਪਰੂਵਮੈਂਟ ਟ੍ਰਸਟ ਦਾ ਜਿਹੜਾ ਸਕੈਂਡਲ ਕਿਸ ਤਰ੍ਹਾਂ ਉਜਾਗਰ ਕੀਤਾ ਸੀ ਵੀ ਕਿਸ ਤਰ੍ਹਾਂ ਹਰ ਬੰਦੇ ਦਾ ਰੇਟ ਫਿਕਸ ਹੈ ਉਹਨੂੰ ਫਿਕਸ ਜਿਹੜੀ ਕਮਿਸ਼ਨ ਜਾਂਦੀ ਹੈ ਤਲੇ ਉੱਲੇ ਆ ਕੇ ਉੱਤੇ ਤਾਂ 3300 ਰੁਪਏ ਦੀ ਰੇਟ ਮਿਲਦੀ ਸੀ ਸੈਂਕੜਾ ਉਹ ਅੱਜ 21000 ਚ ਵਿਕਰੀ ਹੈ ਫਿਰ ਉਹਨਾਂ ਇਹ ਵੀ ਆਖਿਆ ਵੀ ਜਿਹੜੀ ਜਿਹੜੀ ਸਟੇਟ ਦੇ ਵਿੱਚ ਕੋਆਪਰੇਸ਼ਨ ਬਣੀ ਹੈ ਉੱਥੇ ਸਰਕਾਰ ਕਿਤੇ 5000 ਕਰੋੜ ਕਮਾ ਰਹੀ ਹੈ ਕਿਤੇ 8000 ਕਰੋੜ ਕਮਾ ਰਹੀ ਹੈ ਤੇ ਕੇਰੀਵਾਲ ਸਾਹਿਬ ਨੇ ਵਾਅਦਾ ਤੇ ਕੀਤਾ ਸੀ 1 ਸਾਲ ਚ 20000 ਕਰੋੜ ਕਮਾਵਾਂਗੇ ਪਰ ਕਹਿੰਦੇ ਪੰਜਾਬ ਕੁਮਾਰ ਐ ਸਿਰ 145 ਕਰੋੜ ਦੀ ਦੀਵਾਰ ਸਾਹਿਬ ਤੇ ਉਦੋਂ ਇਹ ਵੀ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲਵਾਵਾਂਗੇ ਅਸੀਂ ਲਾਲ ਬੱਤੀ ਨਹੀਂ ਲਵਾਵਾਂਗੇ ਅਸੀਂ ਤੇ ਆਮ ਆਦਮੀ ਆ ਹੁੰਦੇ ਇਹਨਾਂ ਦੇ ਐਮ.ਐਲ.ਏ ਸਾਹਿਬ ਇਹ ਕਹਿੰਦੇ ਵੀ ਸਾਨੂੰ ਸਲੂਟ ਨਹੀਂ ਵੱਜਦਾ ਤੇ ਬੰਦਾ ਬਦਲਦੇ ਹੋ ਇਹਨੂੰ ਲੈ ਕੇ ਵੈਸੇ ਤੇ ਅੱਜ ਲక్ష్ਮੀਕਰ ਦਾ ਚਾਵਲਾ ਨੇ ਵੀ ਸਰਕਾਰ ਦੇ ਉੱਤੇ ਕਟਾਕਸ਼ ਕੀਤਾ ਵੀ ਤੁਸੀਂ ਆਏ ਕੀ ਕਹਿ ਕੇ ਸੀ ਤੇ ਕਰ ਕੀ ਰਹੇ ਹੋ ਇਸ ਵਾਰੀ ਜਿਹੜਾ ਨਵੰਬਰ ਹੈ ਨਾ ਪਿਛਲੇ ਜੇ 5-6 ਸਾਲਾਂ ਦੀ ਗੱਲ ਕਰੀ ਨਾ ਸੁਪਰੀਮ ਕੋਰਟ ਨੇ ਆਖਿਆ ਤੇ ਇਹ ਇਸ ਵਾਰੀ ਨਵੰਬਰ ਸਭ ਤੋਂ ਜ਼ਿਆਦਾ ਜਿਹੜਾ ਦੂਸ਼ਿਤ ਰਿਹਾ ਕਹਿੰਦੇ ਵੀ ਸਮੱਸਿਆ ਦਾ ਹੱਲ ਕਰਨਾ ਸਰਕਾਰ ਦਾ ਕੰਮ ਆ। ਸਤਿ ਸ਼੍ਰੀ ਅਕਾਲ ਨਮਸਕਾਰ ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ-ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਮੌਜੂਦ ਨੇ ਦੀਪਕ ਪੰਡਾਰੀ ਜੀ। ਪੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ। ਅ ਪੰਡਾਰੀ ਜੀ ਮੇਰਾ ਅੱਜ ਪਹਿਲਾ ਸਵਾਲ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਕਾਫੀ ਫੇਰ ਬਦਲ ਕੀਤਾ ਗਿਆ ਹੈ ਤੇ ਇਹ ਫੇਰ ਬਦਲ ਉਦੋਂ ਹੋਇਆ ਹੈ ਜਦੋਂ ਕਿ ਕੱਲ ਕੈਬਨਿਟ ਦੀ ਮੀਟਿੰਗ ਸੀ। ਅਤੀਸ ਦੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਸੀਐਮ ਮਾਨ ਨੇ ਆਪਣੇ ਮੰਤਰੀਆਂ ਨੂੰ ਨਸੀਹਤ ਵੀ ਦਿੱਤੀ ਹੈ ਤੇ ਨਾਲ ਦੀ ਨਾਲ ਹੀ ਇਸ ਵੇਲੇ ਇੱਕ ਹੋਰ ਮੁੱਦਾ ਹੈ ਜੋ ਕਿ ਗਰਮਾਇਆ ਹੋਇਆ ਹੈ ਰੇਤ ਮਾਈਨਿੰਗ ਨੂੰ ਲੈ ਕੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਲਿੰਗ ਤੁਹਾਡੇ ਇੱਕੋ ਸਵਾਲ ਦੇ ਵਿੱਚ ਤਿੰਨ ਸਵਾਲਾਂ ਤੇ ਤਿੰਨਾਂ ਸਵਾਲਾਂ ਦੇ ਜਵਾਬ ਮੈਨੂੰ ਇੱਕ ਇੱਕ ਕਰਕੇ ਦੇਣੇ ਪੈਣਗੇ ਹਾਂਜੀ ਪਹਿਲਾਂ ਤੁਸੀਂ ਕਿਹਾ ਕਿ ਕੈਬਨਿਟ ਦੀ ਕੱਲ ਬੈਠਕ ਸੀਗੀ ਉਸ ਤੋਂ ਬਾਅਦ ਮੰਤਰੀ ਮੰਡਲ ਚ ਫੇਰ ਬਦਲ ਹੋਇਆ ਜੀ ਹਾਂ ਬਿਲਕੁਲ ਮੰਤਰੀ ਮੰਡਲ ਦੇ ਵਿੱਚ ਫਿਰ ਬਦਲ ਹੋ ਗਿਆ ਤੇ ਤੁਹਾਨੂੰ ਇਹ ਵੀ ਯਾਦ ਹੈ ਕਿ 28 ਤੇ 29 ਨੂੰ ਵਿਧਾਨ ਸਭਾ ਸੈਸ਼ਨ ਵਿంటర్ ਸੈਸ਼ਨ ਪੰਜਾਬ ਸਰਕਾਰ ਨੇ ਬੁਲਾੰਦਾ ਜਿਹੜਾ ਫੈਸਲਾ ਕਰ ਲਿਆ ਤੇ ਗਵਰਨਰ ਸਾਹਿਬ ਕੋ ਉਹਦੀ ਮਨਜ਼ੂਰੀ ਲੈ ਲੈਣੀ ਹੁਣ ਜਿਆਦੇ ਤਬਾਦਲੇ ਤੇ ਨਹੀਂ ਬਦਲ ਤੇ ਨਹੀਂ ਕੀਤੇ ਗਏ ਫਿਰ ਬਦਲ ਮੀਤ ਹੇਰ ਜਿਹੜੇ ਕਿ ਮਾਈਨਿੰਗ ਡਿਪਾਰਟਮੈਂਟਸ ਯੂਨਾ ਕੋਲ ਉਹਨਾਂ ਕੋਲੋਂ ਇਹ ਵਾਪਸ ਲੈ ਲਿਆ ਗਿਆ ਤੇ ਇਹ ਡਿਪਾਰਟਮੈਂਟ ਲੈ ਕੇ ਉਹਨਾਂ ਕੋਲੋਂ ਹੁਣ ਦਿੱਤਾ ਗਿਆ ਚੇਤਨ ਸਿੰਘ ਜੋੜਾ ਮਾਜਰਾ ਨੂੰ ਤੇ ਮੀਤ ਹੇਰ ਉਹਨਾਂ ਕੋਲ ਹੁਣ ਸਿਰਫ ਸਪੋਰਟਸ ਡਿਪਾਰਟਮੈਂਟ ਹੀ ਰਹਿ ਗਿਆ ਤੇ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਹੁਣ ਕਰੀਬ ਕਰੀਬ 7 ਡਿਪਾਰਟਮੈਂਟ ਹੋ ਗਏ ਨੇ ਪਹਿਲੇ ਡਿਫੈਂਸ ਸਰਵਿਸ ਵੈਲਫੇਅਰ ਫ੍ਰੀडम फाइਟਰ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਹਾਰਟੀਕਲਚਰ ਉਹਨਾਂ ਕੋਲ ਹੈ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਵਾਟਰ ਰਿਸੋਰਸ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਕਨਜ਼ਰਵੇਸ਼ਨ ਆਫ ਵਾਟਰ ਜਿਹੜਾ ਹੈ ਉਹ ਵੀ ਡਿਪਾਰਟਮੈਂਟ ਉਹਨਾਂ ਕੋਲ ਹੀ ਤੇ ਸੀਐਮ ਸਾਹਿਬ ਕੋਲ 11 ਡਿਪਾਰਟਮੈਂਟ ਨੇ ਤੇ ਹੁਣ ਇੰਜ ਕਿਹਾ ਜਾਵੇ ਕਿ ਮੀਤ ਹੇਰ ਸਾਹਿਬ ਦਾ ਜਿਹੜਾ ਅਧ ਕਟਾ ਦਿੱਤਾ ਗਿਆ ਤੇ ਕੁਝ ਗਲਤ ਨਹੀਂ ਹੋਏਗਾ ਕਿਉਂਕਿ ਮਾਈਨਿੰਗ ਹਮੇਸ਼ਾ ਹੀ ਪੰਜਾਬ ਦੇ ਵਿੱਚ ਵੱਡਾ ਮੁੱਦਾ ਰਿਹਾ ਹੈ ਮਾਈਨਿੰਗ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਜੇ ਸੱਤਾ 'ਚ ਨਹੀਂ ਸੀ ਆਈ ਤੇ ਪ੍ਰਚਾਰ ਕਰਦੇ ਸਨ ਅਰਵਿੰਦ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਜਰੀਵਾਲ ਸਾਹਿਬ ਤੇ ਇੰਟਰਵਿਊ ਅੱਜ ਵੀ ਉਹਨਾਂ ਦਾ ਅਵੇਲੇਬਲ ਹੈ ਕਹਿੰਦੇ ਸੀ ਮੈਂ 20000 ਕਰੋੜ ਰੁਪਇਆ ਤੋਂ ਮਾਈਨਿੰਗ 'ਚ ਇੱਕ ਸਾਲ ਵਿੱਚ ਪਚਾਉਂਗਾ ਲੋਕਾਂ ਨੂੰ ਤੇ ਰੇਤ ਮਿਲਣ ਨਹੀਂ ਡਈ ਜਿਹੜੀ ਰੇਤ ਹੈਗੀ ਹੈ ਪਹਿਲੇ 3000 ਨੂੰ ਮਿਲਦੀ ਸੀ ਉਹ ਰੇਤ ਜਿਹੜੀ ਹੁਣ ਲੋਕਾਂ ਨੂੰ ਉਹ 6 ਹਜ਼ਾਰ 7000 ਰੁਪਏ ਦਿਨੋਂ ਨਹੀਂ ਮਿਲਦੀ ਤੇ ਲੋਕ ਕਿੱਥੇ ਟਕਰਾਂ ਮਾਰਨ ਤੇ ਅੱਜ ਇਹਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਤੇ ਇਹ ਕਹਤ ਹੈ ਵੀ ਤੁਹਾਡੇ ਮੰਤਰੀ ਹੀ ਜਿਹੜੇ ਮਾਈਨਿੰਗ ਇਲੀਗਲ ਮਾਈਨਿੰਗ ਕਰਾ ਰਹੇ ਨੇ ਤੇ ਜੇ ਇਹ ਸੱਚ ਹੈ ਤੇ ਫਿਰ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਜਦੋਂ ਵਾਰਡ ਹੀ ਖੇਤ ਨੂੰ ਖਾਨ ਲੱਗ ਜਾਏਗੀ ਤੇ ਫਿਰ ਬਣੂਗਾ ਕੀ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਜਦੋਂ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਦਾ ਤਬਾਦਲਾ ਕੀਤਾ ਗਿਆ ਸੀਗਾ ਸਿਰਫ ਤੇ ਸਿਰਫ ਉਦੋਂ ਐਮਐਲਏ ਦੇ ਜੀਜਾ ਸਾਹਿਬ ਜਿਹੜੇ ਆ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਸੀ ਕਿਉਂਕਿ ਉੱਥੋਂ ਟਿੱਪਰ ਮਿਲੇ ਸੀਗੇ ਤੇ ਐਮਐਲਏ ਸਾਹਿਬ ਨੇ ਉਹ ਜਿਹੜੇ ਮਜਿੰਦਰ ਸਿੰਘ ਲਾਲਪੁਰਾ ਉਹਨਾਂ ਨੇ ਕਿਦਾਂ ਕਿਹਾ ਸੀ ਐਸਐਸਪੀ ਨੂੰ ਮੈਂ ਆਪਣੀ ਲਾ ਕੇ ਵਰਦੀ ਲਾ ਕੇ ਆ ਜਾ ਤੇ ਮੈਂ ਕੁਰਸੀ ਇੱਕ ਪਾਸੇ ਆਪਣੀ ਰੱਖ ਦਿੰਨਾ ਮਲੇ ਦੇ ਵੇਖ ਲੈਣੇ ਤੇ ਜਿੱਤ ਫਿਰ ਉਹਨਾਂ ਦੀ ਹੀ ਹੋਈ ਸੀ ਐਮਐਲਏ ਸਾਹਿਬ ਦੀ ਕਿਉਂਕਿ ਐਸਐਸਪੀ ਗੁਰਮੀਤ ਸਿੰਘ ਚੋਹਾਨ ਦਾ ਤਬਾਦਲਾ ਕਰਤਾ ਗਿਆ ਸੀਗਾ ਪਰ ਸਰਕਾਰ ਨੇ ਇਹ ਸਪਸ਼ਟ ਹਜੇ ਤੱਕ ਨਹੀਂ ਕੀਤਾ ਕਿ ਵਾਕਈ ਉੱਥੇ ਮਾਈਨਿੰਗ ਹੋ ਰਹੀ ਸੀ ਜਾਂ ਨਹੀਂ ਸੀ ਹੋ ਰਹੀ ਹੁਣ ਜਿਹੜੀ ਕੱਲ ਮੀਟਿੰਗ ਹੋਈ ਹੈ ਜਿੱਦੇ ਤੁਸੀਂ ਇਹ ਸਵਾਲ ਪੁੱਛਿਆ ਕਿ ਮਾਨ ਸਾਹਿਬ ਨੇ ਕੋਈ ਨਸੀਹਤ ਦਿੱਤੀ ਹੈ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕੁਝ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਸੀ ਮਨਜੀਤ ਸਿੰਘ ਸਿੱਧੂ ਉਹ ਅਚਾਨਕ ਅਸਤੀਫਾ ਦੇ ਦਿੰਦੇ ਨੇ ਤੇ ਹਵਾਲਾ ਨਿੱਜੀ ਕਾਰਨ ਤੇ ਸਿਹਤ ਨੂੰ ਦੱਸਦੇ ਨੇ ਪਰ ਇੰਨੀ ਵੱਡੀ ਪੋਸਟ ਦੇ ਉੱਤੇ ਬੰਦੇ ਦਾ ਹੋਣਾ ਉਹ ਨਾ ਤਾਂ ਨਿੱਜੀ ਕਾਰਨ ਹੋ ਸਕਦੇ ਐ ਨਾ ਤੇ ਉਹਨਾਂ ਦੀ ਸਿਹਤ ਹੀ ਖਰਾਬ ਹੋ ਸਕਦੀ ਐ ਹੁਣ ਤੁਸੀਂ ਦੇਖੋ ਸੀਐਮ ਸਾਹਿਬ ਨੇ ਕੱਲ ਜਦੋਂ ਮੀਟਿੰਗ ਹੋਈ ਕੈਬਨਿਟ ਦੀ ਅਫਸਰਾਂ ਨੂੰ ਭੇਜਤਾ ਬਾਹਰ ਤੇ ਆਪਣੇ ਮੰਤਰੀ ਉੱਥੇ ਬਿਠਾ ਲਏ ਤੇ ਉਹਨਾਂ ਨੂੰ ਸਪਸ਼ਟ ਸ਼ਬਦਾਂਤ ਆਖ ਦਿੱਤਾ ਬਈ ਆਪਣੇ ਜਿਹੜੇ ਆ ਆਲੇ-ਦੁਆਲੇ ਲੋਕ ਜਿਹੜੇ ਉਹਨਾਂ ਤੇ ਖਾਸ ਨਜ਼ਰ ਰੱਖੋ ਕੋਈ ਚਾਚਾ ਮਾਮਾ ਤਾਇਆ ਭਾਂਜਾ ਭਤੀਜਾ ਮੁੰਡਾ ਵੀ ਇਸ ਤਰ੍ਹਾਂ ਦੇ ਜਿਹੜੇ ਆ ਇਹ ਤੁਹਾਡੀ ਬਦਨਾਮੀ ਕਰਾ ਸਕਦੇ ਆ ਹੁਣ ਸਵਾਲ ਵੀ ਉੱਠਣ ਲੱਗ ਗਿਆ ਹੈ ਰਾਜਨੀਤੀ ਗਲਿਆਰੇ ਦੇ ਵਿੱਚ ਕੀ ਮਨਜੀਤ ਸਿੰਘ ਸਿੱਧੂ ਦੇ ਖਿਲਾਫ ਕੁਝ ਮਿਲ ਗਿਆ ਸੀ ਮਾਨ ਸਾਹਿਬ ਨੂੰ ਜਾਂ ਉਹਨਾਂ ਦੀ ਕੋਈ ਸ਼ਿਕਾਇਤਾਂ ਆ ਰਹੀਆਂ ਸੀ ਇਹ ਸਪਸ਼ਟ ਨਹੀਂ ਹੋਇਆ ਜੀ ਕਿਉਂਕਿ ਪੁਰਾਣੀ ਸਰਕਾਰਾਂ ਚ ਵੀ ਤੁਸੀਂ ਦੇਖੋ ਨਾ ਜਿਹੜੇ ਉਹਨਾਂ ਦੇ ਨਜ਼ਦੀਕੀ ਰਹੇ ਨੇ ਜਦੋਂ ਚੰਨੀ ਸਾਫ ਸੀਗੇ ਮੁੱਖ ਮੰਤਰੀ ਤੇ ਉਹਨਾਂ ਦਾ ਇੱਕ ਭਾਂਜਾ ਉਹਦੇ ਤੇ ਰੋਪ ਲੱਗਦੇ ਸੀ ਵੀ ਉਹਨੂੰ ਗੱਡੀਆਂ ਵੀ ਦਿੱਤੀਆਂ ਉਹਦੇ ਘਰ ED ਨੇ ਛਾਪਾ ਵੀ ਮਾਰਿਆ ਸੀਗਾ ਹਾਲਾਂਕਿ ਬਾਅਦ ਚ ਕਈ ਕੋ ਜੇ ਕਹਿੰਦੇ ਰਹੇ ਇਸ ਲਈ ਕਿਉਂਕਿ ਇਲੈਕਸ਼ਨ ਆ ਗਏ ਨੇ ਕੋਰਪੋਰੇਸ਼ਨ ਦੇ ਵੀ ਤੇ ਅਗੋਂ ਲੋਕ ਸਭਾ ਇਲੈਕਸ਼ਨ ਵੀ ਤੇ ਆਮ ਆਦਮੀ ਪਾਰਟੀ ਇਹ ਚਾਹੁੰਦੀ ਹੈ ਬਈ ਸਾਰੀਆਂ ਸੀਟਾਂ ਜਿਹੜੀਆਂ ਜਿੱਤ ਜੀਏ ਇਹ ਤੇ ਆਣ ਵਾਲਾ ਸਮਾਂ ਦੱਸੂਗਾ ਵੀ ਸੀਟਾਂ ਸਾਰੀਆਂ ਜਿੱਤ ਪਾਉਂਦੇ ਕਿ ਨਹੀਂ ਜਿੱਤ ਪਾਉਂਦੇ ਪਰ ਉਹਨਾਂ ਨੇ 22 ਕਹਿ ਦਿੰਦਾ ਤੁਹਾਨੂੰ ਵੀ ਯਾਦ ਹੋਣਾ ਕਿ ਇੰਦਰਬੀਰ ਸਿੰਘ ਨੇਜਰ ਜੇ ਲੋਕਲ ਬੋਡੀ ਮਿਨਿਸਟਰ ਸੀਗੇ ਉਹਨਾਂ ਦਾ ਵੀ ਅਚਾਨਕ ਅਸਤੀਫਾ ਸਾਹਮਣੇ ਆ ਗਿਆ ਸੀ ਉਹਨਾਂ ਨੇ ਵੀ ਕਿਹਾ ਸੀ ਮੈਂ ਨਿੱਜੀ ਕਾਰਨਾਂ ਤੋਂ ਅਸਤੀਫਾ ਦੇ ਰਿਹਾ ਹਾਂ ਪਰ ਨਿੱਜੀ ਨਿੱਜੀ ਕਾਰਨ ਕੁਝ ਨਹੀਂ ਹੁੰਦੇ ਕੋਈ ਨਾ ਕੋਈ ਸਰਕਾਰ ਕੋ ਇਨਪੁਟ ਪਹੁੰਚੀ ਹੋਣੀ ਕਿਉਂਕਿ ਲੋਕਾਂ ਨੂੰ ਬਹੁਤ ਉਮੀਦਾਂ ਸੀ ਇਹਨਾਂ ਕੋਲ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਭ੍ਰਸ਼ਟਾਚਾਰ ਰੁਕ ਨਹੀਂ ਰਿਹਾ ਇਹ ਬਿਲਕੁਲ 100% ਗੱਲ ਹੈ ਅਸੀਂ ਇੰਪਰੂਵਮੈਂਟ ٹرسٹ ਦਾ ਜਿਹੜਾ ਸਕੈਂਡਲ ਕਿਸ ਤਰ੍ਹਾਂ ਉਜਾਗਰ ਕੀਤਾ ਸੀ ਵੀ ਕਿਸ ਤਰ੍ਹਾਂ ਹਰ ਬੰਦੇ ਦਾ ਰੇਟ ਫਿਕਸ ਹੈ ਉਹਨੂੰ ਫਿਕਸ ਜਿਹੜੀ ਕਮਿਸ਼ਨ ਜਾਂਦੀ ਹੈ ਤਲਿਓਂ ਲੈ ਕੇ ਉੱਤੇ ਤੱਕ ਤੇ ਇਸ ਕਰਕੇ ਸਰਕਾਰ ਨੂੰ ਲੱਗ ਰਿਹਾ ਹੈ ਮਾਨ ਸਾਹਿਬ ਦੀ ਵੀ ਆਪਣੀ ਇੰਟੈਲੀਜੈਂਸ ਹੈਗੀ ਨਾ ਦੇਖੋ ਉਹ ਵੀ ਦੱਸਦੀ ਹੈ ਸਰਕਾਰ ਨੂੰ ਵੀ ਕਿੱਥੇ ਕੀ ਕਰੋ ਜੇ ਨਹੀਂ ਦੱਸਣਗੇ ਤੇ ਫਿਰ ਲੋਕ ਤਾਂ ਬਦਲ ਦੇਣਗੇ ਇਹਨਾਂ ਨੂੰ ਵੀ ਇਸ ਕਰਕੇ ਉਹਨਾਂ ਨੇ ਇਹ ਨਸੀਹਤ ਦਿੱਤੀ ਹੈ ਮੰਨਣਾ ਨਾ ਮੰਨਣਾ ਤੇ ਮੰਤਰੀਆਂ ਦਾ ਕੰਮ ਹੈ ਨਾ ਜੀ ਤੇ ਉਹਨਾਂ ਨੇ ਗੋਲਨ ਅਫਸਰਾਂ ਨੂਮੀ ਇੱਕ ਹਿਸਾਬ ਨਾਲ ਨਾ ਜਿਹੜੀ ਮੈਸੇਜ ਦਿੱਤਾ ਪਰ ਅਫਸਰशाही ਉਹਨਾਂ ਦੇ ਦੇਸ਼ ਮੰਨਦੀ ਹੈ ਕਿ ਨਹੀਂ ਮੰਨਦੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਹੁਣ ਮਨਜੀਤ ਸਿੱਧੂ ਜਿਹੜੇ ਗਏ ਨੇ ਉਹ ਕਾਫੀ ਕਰੀਬ ਮੰਨੇ ਜਾਂਦੇ ਸੀ ਮਾਨ ਸਾਹਿਬ ਦੇ ਹੁਣ ਸਰਕਾਰ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਚੇਤਾਵਨੀ ਤੇ ਦਿੱਤੀ ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਸਰਕਾਰ ਕਈ ਵਾਰੀ ਆਪਣੇ ਮੰਤਰੀਆਂ ਦਾ ਤੇ ਐਮਐਲਏਆਂ ਦਾ ਬਚਾਅ ਵੀ ਕਰਦੀ ਹੈ ਜਿਵੇਂ ਤੁਸੀਂ ਤੁਹਾਨੂੰ ਯਾਦ ਹੀ ਹੈ ਕਿ ਇੱਕ ਆਪਣੇ ਕਟਾਰੂਚਕ ਸਾਹਿਬ ਦੀ ਵੀਡੀਓ ਸੀਗੀ ਉਹਨੂੰ ਲੈ ਕੇ ਬਹਾਜਾ ਸਿੰਘ ਸਰਾਰੀ ਦੀ ਆਡੀਓ ਸੀਗੀ ਉਹਨੂੰ ਲੈ ਕੇ ਹਾਲਾਂਕਿ ਬਾਅਦ ਚ ਅਸਤੀਫਾ ਲੈ ਲਿਆ ਸੀ ਪਰ ਬਹੁਤ ਲੰਬੇ ਸਮੇਂ ਬਾਅਦ ਲੈ ਆਈ ਤੇ ਮਨਜਿੰਦਰ ਸਿੰਘ ਲਾਲਪੁਰਾ ਤੇ ਤੇ ਕੁਝ ਸਪਸ਼ਟ ਨਹੀਂ ਕੀਤਾ ਸਰਕਾਰ ਨੇ ਕਿ ਵਾਕਈ ਉੱਥੇ ਮਾਈਨਿੰਗ ਹੋ ਰਹੀ ਸੀ ਨਹੀਂ ਹੋ ਰਹੀ ਸੀ ਹੁਣ ਅਗਲੀ ਗੱਲ ਕਰਦੇ ਆ ਜਿਹੜੀ ਤੁਸੀਂ ਕੱਲ ਕਹੀਏ ਕਿ ਵਿਰੋਧੀ ਘੇਰ ਰਹੇ ਨੇ ਦੇਖੋ ਅਜੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਦੋਵਾਂ ਨੇ ਘੇਰਿਆ ਸਰਕਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਤੇ ਪ੍ਰੈਸ ਕਾਨਫਰੰਸ ਕੀਤੀ ਤੇ ਆਖਿਆ ਵੀ ਇਲੀਗਲ ਮਾਈਨਿੰਗ ਜਿਹੜੀ ਹੋ ਰਹੀ ਏ ਪੰਜਾਬ ਸਰਕਾਰ ਦੀ ਦੇਖਰੇਖ ਚ ਹੋ ਰਹੀ ਏ ਕਹਿੰਦਾ ਵੀ ਕੋਈ ਕਿਸੇ ਮਹੰਤਪੂਰ ਸਾਬਕਾ ਮੰਤਰੀ ਦਾ ਰਿਸ਼ਤੇਦਾਰ ਆ ਤੇ ਕਿਤੇ ਜੇਈ ਸਰਕਾਰ ਦਾ ਬਹਿ ਕੇ ਆਪ ਮਾਈਨਿੰਗ ਕਰਾ ਰਿਹਾ ਸਿੱਧੂ ਨੇ ਇਹ ਵੀ ਕਿਹਾ ਕਿ 15 ਸਤੰਬਰ ਨੂੰ ਹਾਈ ਕੋਰਟ ਨੇ ਰੂਪਨਗਰ ਦੇ ਐਸਐਸਪੀ ਨੂੰ ਬੁਲਾ ਕੇ ਤੇ ਝਿੜਕਾ ਹੀ ਇਲੀਗਲ ਮਾਈਨਿੰਗ ਰੋਕਣ ਚ ਤੁਸੀਂ ਅਸਫਲ ਰਹੇ ਹੋ ਤੇ ਐਸਐਸਪੀ ਤੇ ਸਰਕਾਰ ਦਾ ਹੀ ਨੁਮਾਇੰਦਾ ਹੈ ਤੇ ਉਹਨਾਂ ਨੇ ਤਰਨ ਤਰਨ ਦੇ ਐਸਐਸਪੀ ਦੀ ਵੀ ਗੱਲ ਕੀਤੀ ਹੈ ਉੱਥੇ ਵੀ ਉਹਦੇ ਖਿਲਾਫ ਬਣਿਆ ਕੀ ਜਦਕੇ ਕਈ ਸ਼ਿਕਾਇਤਾਂ ਵੀ ਮਿਲਦੀਆਂ ਲੋਕਾਂ ਨੂੰ ਰੇਤ ਮਿਲਦੀ ਨਹੀਂ ਜਾਂ ਤੇ ਮਾਨਸਾਬਾਦ ਦੱਸ ਦੇਣ ਕਿ ਕਿੱਥੇ ਰੇਤ ਮਿਲਦੀ ਹੈ ਕੋਈ ਡੀਸੀ ਸਾਹਿਬ ਦੱਸ ਦੇਣ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂਗਾ ਸਿੱਧੂ ਸਾਹਿਬ ਨੇ ਆਖਿਆ ਕਿ ਸ਼ਿਕਾਇਤ ਜਿਹੜੀ ਹੈ ਉਹਦੇ ਅਨੁਸਾਰ ਨਾਦਰਾ ਕਲਮੋਟ ਖੇੜਾ ਕਲਾਂ ਸਰਕਾਰ ਵੱਲੋਂ ਮੈਨੂਅਲ ਮਾਈਨਿੰਗ ਨੂੰ ਪਰਮਿਸ਼ਨ ਦਿੱਤੀ ਹੈ ਮਤਲਬ ਤੁਸੀਂ ਮਸ਼ੀਨ ਨਾਲ ਉੱਥੇ ਮਾਈਨਿੰਗ ਨਹੀਂ ਕਰ ਸਕਦੇ ਖੁਦਾਈ ਨਹੀਂ ਕਰ ਸਕਦੇ ਪਰ ਕਹਿੰਦੇ ਉੱਥੇ ਸਰਕਾਰ ਦਾ ਜਹੀ ਬੈਠਾ ਹੈ ਜਿਹੜਾ ਕਹਿੰਦਾ ਕੋਈ ਗੱਲ ਨਹੀਂ ਪੁੱਟੀ ਜਾਓ ਜ਼ਮੀਨਾ ਤੇ ਹਜ਼ਾਰਾਂ ਅੱਠ ਕਹਿੰਦੇ ਟਿਪਰ ਜਿਹੜੇ ਆ ਉਹ ਨਿਕਲ ਰਹੇ ਨੇ ਇਹਦਾ ਮਤਲਬ ਸਾਰਾ ਕੁਝ ਜਿਹੜਾ ਸਰਕਾਰ ਦੀ ਸਰਪ੍ਰਸਤੀ ਦੇ ਵਿੱਚ ਚੱਲ ਰਿਹਾ ਇੱਕ ਅਜੀ ਇੰਗਲਿਸ਼ ਅਖਬਾਰ ਦੇ ਵਿੱਚ ਖਬਰ ਨਸ਼ਰ ਹੋਈ ਉਹਦੀ ਵੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਇੱਕ ਪੁੱਲ ਜਿਹੜਾ ਉਹ ਖਤਰੇ 'ਚ ਆ ਗਿਆ ਮਾਈਨਿੰਗ ਵਾਲਿਆਂ ਨੇ ਤੇ ਮਤਲਬ ਘਰ ਭਰ ਲੈ ਮਾਈਨਿੰਗ ਮਾਫੀਆ ਇੰਨਾ ਹਾਵੀ ਏ ਗੋਲਣ ਦੇਖੋ ਇਹ ਮਾਫੀਆ ਸਰਕਾਰ ਕੋਈ ਵੀ ਪਰ ਰਾਜ ਇਹਨਾਂ ਦਾ ਹੀ ਹੁੰਦਾ ਹੈ ਮਾਫੀਆ ਦਾ ਹੀ ਪੂਰੀ ਇਹਨਾਂ ਦੀ ਚੱਲਦੀ ਹੈ ਬਿਹਾਰ 'ਚ ਵੀ ਤੁਸੀਂ ਦੇਖੋ ਨਾ ਇੱਕ ਸਬ ਇੰਸਪੈਕਟਰ ਉੱਤੇ ਟਿਪਰ ਚੜਾਤਾ ਸੀਗਾ ਹਾਂਜੀ ਉਦੀ ਮੌਤ ਹੋ ਗਈ ਇੱਕ ਜਿਹੜਾ ਨਾਲ ਉਹਦੇ ਕਾਂਸਟੇਬਲ ਸੀਗਾ ਉਹ ਵਿਚਾਰਾ ਜ਼ਖਮੀ ਸੀਗਾ ਹੁਣ ਸਿੱਧੂ ਨੇ ਇਹ ਵੀ ਕਿਹਾ ਵੀ ਜਿਹੜੀ ਮਾਈਨਿੰਗ ਦੀ ਗੱਲ ਉਹ ਕਰਨ ਰਏ ਨੇ ਉੱਥੇ ਕਦੀ ਵੱਡੇ ਵੱਡੇ ਪਹਾੜ ਹੋ ਜਾਂਦੇ ਸੀ ਪਰ ਮਾਈਨਿੰਗ ਇੰਨੀ ਕਰਤੀ ਕਿ 30 30 ਫੁੱਟ ਜ਼ਮੀਨ ਜਿਹੜੀ ਆ ਥੱਲੇ ਉਹ ਮਾਈਨਿੰਗ ਕਰ ਲਈ ਹੈ ਤੇ ਜ਼ਮੀਨ ਦਾ ਜਿਹੜਾ ਪਾਣੀ ਹੈ ਉਹ ਵੀ ਆ ਚੁੱਕਿਆ ਬਾਹਰ ਮਾਈਨਿੰਗ ਕਰਨ ਵਾਲਾ ਕਹਿੰਦਾ ਕੋਈ ਹੋਰ ਕੋਈ ਨਹੀਂ ਹੈ ਇੱਕ ਸਾਫਕਾ ਮੰਤਰੀ ਦਾ ਇੱਕ ਰਿਸ਼ਤੇਦਾਰ ਆ ਤਾਰਾ ਸਿੰਘ ਤੇ ਟਿੱਕਾ ਸਿੰਘ ਉਹਨਾਂ ਨੇ ਨਾਲ ਆਏ ਨੇ ਉਹ ਕਹਿੰਦੇ ਵੀ ਸਰਕਾਰ ਇਹ ਨਹੀਂ ਸਮਝ ਆਉਂਦੀ ਵੀ ਆਖਰਕਾਰ ਇਹ ਕੋਆਪਰੇਸ਼ਨ ਕਿਉਂ ਨਹੀਂ ਬਣਾ ਰਹੀ ਜਦ ਕਿ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਵੀ ਜਦੋਂ ਅਸੀਂ ਆਵਾਂਗੇ ਸੱਤਾ ਜਿੱਤੇ ਕੋਆਪਰੇਸ਼ਨ ਬਣਾਵਾਂਗੇ ਉਹਨਾਂ ਫਿਰ ਆਖਿਆ ਵੀ ਜਿਹੜੀ ਕਾਂਗਰਸ ਦੇ ਵੇਲੇ ਜਦੋਂ ਕਾਂਗਰਸੀ ਸਰਕਾਰ ਸੀ ਪੰਜਾਬ ਦੇ ਵਿੱਚ ਜਿਹੜੀ 3300 ਰੁਪਏ ਦੀ ਰੇਤ ਮਿਲਦੀ ਸੀ ਸੈਂਕੜਾ ਉਹ ਅੱਜ 21000 ਚ ਵਿਕਰੀ ਹੈ ਫਿਰ ਉਹਨਾਂ ਇਹ ਵੀ ਆਖਿਆ ਵੀ ਜਿਹੜੀ ਜਿਹੜੀ ਸਟੇਟ ਦੇ ਵਿੱਚ ਕੋਆਪਰੇਸ਼ਨ ਬਣੀ ਹੈ ਉੱਥੇ ਸਰਕਾਰ ਕਿਤੇ 5000 ਕਰੋੜ ਕਮਾ ਰਹੀਏ ਕਿਤੇ 8000 ਕਰੋੜ ਕਮਾ ਰਹੀਏ ਤੇ ਕੇਰਿਵਾਲ ਸਾਹਿਬ ਨੇ ਵਾਅਦਾ ਤੇ ਕੀਤਾ ਸੀ 1 ਸਾਲ ਚ 20000 ਕਰੋੜ ਕਮਾਵਾਂਗੇ ਪਰ ਕਹਿੰਦੇ ਪੰਜਾਬ ਕਮਾ ਰਿਆ ਸਿਰਫ 145 ਕਰੋੜ ਉਹਨੇ ਇਹ ਵੀ ਵਾਰਨਿੰਗ ਦਿੱਤੀ ਕਿ ਜੇ ਪੰਜਾਬ ਦੇ ਖਜ਼ਾਨੇ ਨੂੰ ਇਸ ਤਰ੍ਹਾਂ ਹੀ ਲੁੱਟਿਆ ਜਾਂਦਾ ਰਿਹਾ ਤੇ ਮੈਂ ਚੁੱਪ ਨਹੀਂ ਕਰਾਂਗਾ ਹੁਣ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਗੋਲਮ ਕੇ ਇੱਕ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਜਗਦੀਸ਼ ਭੋਲਾ ਤੁਹਾਨੂੰ ਯਾਦ ਹੋਣਾ ਹੈ ਡਰਗ ਮਾਮਲੇ ਦੇ ਵਿੱਚ ਇਹ ਫੜਿਆ ਗਿਆ ਸੀ 6000 ਕਰੋੜ ਦਾ ਡਰਗ ਰੈਕਟ ਸੀਗਾ ਉਹਦੀ ਜ਼ਮੀਨ ਤੇ ਵੀ ਮਾਈਨਿੰਗ ਹੋ ਰਹੀ ਹੈ ਉਹ ਜ਼ਮੀਨ ਜਿਹਦੇ ਉੱਤੇ ਈਡੀ ਨੇ ਜਿਹਨੂੰ ਜ਼ਬਤ ਕਰ ਰੱਖਿਆ ਹੈ ਇਹ ਰਿਪੋਰਟ ਜਦੋਂ ਸਾਹਮਣੇ ਆਈ ਤੇ ਵਿਰੋਧੀਆਂ ਦੇ ਨਿਸ਼ਾਨੇ ਦਿੱਤੇ ਕਿਉਂਕਿ ਵਿਰੋਧੀਆਂ ਨੇ ਤੇ ਫਿਰ ਗੱਲ ਕਰਨੀ ਨਾ ਵੀ ਤੁਸੀਂ ਲੋਕਾਂ ਨਾਲ ਝੂਠ ਬੋਲ ਕੇ ਆਏ ਸੀਗੇ ਫਿਰ ਜਿਹੜੇ ਮੌਜੂਦਾ ਮੰਤਰੀ ਸਾਹਿਬ ਨੇ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਇਹ ਕਹਿੰਦੇ ਤੇ ਪੁਰਾਣੀ ਸਰਕਾਰਾਂ ਦੀ ਗੱਲ ਹੋਣੀ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਜਿਹੜੇ ਕੈਂਟ ਤੋਂ ਐਮਐਲ ਨੇ ਪ੍ਰਗਟ ਸਿੰਘ ਉਹਨਾਂ ਨੇ ਟਵੀਟ ਕੀਤਾ ਤੇ ਕਿਹਾ ਮੰਤਰੀ ਮੀਤ ਹੇਰ ਦੇ ਮੁਤਾਬਕ ਗੈਰ ਕਾਨੂੰਨੀ ਮਾਈਨਿੰਗ ਦੇ 30 ਫੁੱਟ ਤੇ ਜਿਹੜੇ ਖੱਡੇ ਪਏ ਨੇ ਨਾ ਇਹ 4-5 ਸਾਲ ਪਹਿਲਾਂ ਦੇ ਨੇ ਪਰ ਕਹਿੰਦੇ ਇਸ ਥਾਂ ਤੇ ਜਿਹੜੇ ਤਾਜ਼ੇ ਟੈਰਾਂ ਦੇ ਨਿਸ਼ਾਨ ਹਨ ਮੰਤਰੀ ਸਾਹਿਬ ਨੂੰ ਕਿਤੇ ਵਿਖਦੇ ਨਹੀਂਗੇ ਤੇ 5 ਸਾਲ ਪੁਰਾਣੇ ਦੀ ਗੱਲ ਕਰ ਰਹੇ ਆ ਕਹਿੰਦੇ ਵੀ ਇਹ ਹਰ ਗੱਲ 'ਚ ਕਹਿੰਦੇ ਪੁਰਾਣੀ ਸਰਕਾਰਾਂ ਵੱਲ ਹੋਇਆ ਪਰ ਕਾਣੀ ਪੁਰਾਣੀ ਸਰਕਾਰਾਂ ਜ਼ਿੰਮੇਵਾਰ ਨੇ ਵੀ ਤੁਸੀਂ ਫਿਰ ਮਾਈਨਿੰਗ ਰੋਕਤੀ ਦੱਸੋ ਨਾ ਲੋਕਾਂ ਨੂੰ ਸਸਤੀ ਕਿੱਥੇ ਮਿਲ ਰਹੀ ਰੇਤ ਲੋਕ ਤੇ ਡਾਡਾ ਮਰਨ ਦੇ ਵੀ ਕਰਪਸ਼ਨ ਵਧ ਗਈ ਮਾਨ ਸਾਹਿਬ ਉੱਤੇ ਕਹਿੰਦੇ ਵੀ ਕਰਪਸ਼ਨ ਨਹੀਂ ਪ੍ਰਚਾਰੀ ਫੜਲੇ ਪਰਲੇ 5 ਲੱਖ ਬੰਦੇ ਦੀ ਜੇ ਸ਼ਿਕਾਇਤ ਹੈ ਜੇ 400 500 ਫੜ ਵੀ ਲਿਆ ਤੇ ਫਿਰ ਕਿਹੜਾ ਕੱਦੂ ਚ تیر ਮਾਰ ਲਿਆ ਹੁਣ ਮੀਤੇਰ ਸਾਹਿਬ ਨੂੰ ਜਦੋਂ ਇਹ ਬਾਰੇ ਪੁੱਛਦੇ ਨੇ ਤੇ ਉਹਨਾਂ ਨੇ ਕਿਹਾ ਵੀ ਇਹ ਸਰਕਾਰ ਦੇ ਧਿਆਨ ਚ ਜਦੋਂ ਕੋਈ ਗੜਬੜੀ ਆਉਂਦੀ ਹੈ ਨਾ ਤੇ ਕਾਰਵਾਈ ਸਰਕਾਰ ਕਰਦੀ ਹੈ ਤੇ ਉਹਨਾਂ ਇਹ ਵੀ ਫਿਰ ਆਖਿਆ ਵੀ ਹੋ ਸਕਦਾ ਵੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਜਿੱਥੇ ਮਾਈਨਿੰਗ ਹੋ ਰਹੀ ਹੈ ਜਮੀਨ ਦੀ ਉਹ ਪੁਰਾਣੀ ਹੋਣ ਪਰ ਇਹ ਤਾਂ ਉਹ ਹੀ ਜਾਣਦੇ ਨੇ ਤੁਹਾਨੂੰ ਇਹ ਦੱਸ ਤਾ ਜਿਵੇਂ ਤੁਹਾਨੂੰ ਦੱਸਿਆ ਹੈ ਬਈ ਇਹ ਜਿਹੜੀ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਜਿੱਥੇ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਇਹ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ 142 ਕਨਾਲ ਯਾਨੀ ਕਿ 18 ਏਕੜ ਜ਼ਮੀਨ ਹੈ ਤੇ ਜਗਦੀਸ਼ ਭੋਲਾ ਦੀ ਜ਼ਮੀਨ ਹੈ ਇਹਨੂੰ ED ਵੱਲੋਂ 7 ਸਾਲ ਪਹਿਲਾਂ ਜ਼ਬਤ ਕੀਤਾ ਜਾ ਚੁੱਕਿਆ ਹੈ ਉੱਥੇ ਵੀ ਨਹੀਂ ਇਹ ਛੱਡਿਆ ਨਾ ਨੇ ਵੇਖੋ ਇੰਨਾ ਹੈਵੀ ਕੰਮ ਚੱਲਦਾ ਇੰਨਾ ਫੂਲ ਬਣਾ ਜਿਹੜਾ ਫੂਲ ਪ੍ਰੂਫ ਕੰਮ ਆ ਵੀ ਕਹਿੰਦੇ ਕੋਈ ਗੱਲ ਨਹੀਂ ਵੀ ਪਰਵਾਹ ਹੀ ਕੋਈ ਨਹੀਂ ਹੁਣ ਮਜੀਠੀਆ ਸਾਹਿਬ ਕਿੱਥੇ ਚੁੱਪ ਰਹਿਣ ਵਾਲੇ ਸਨ ਮਜੀਠੀਆ ਸਾਹਿਬ ਨੇ ਵੀ ਆਖਿਆ ਵੀ ਪਹਿਲੇ ਮੰਤਰੀ ਜਿਹੜੇ ਨਾ ਹਟਦੇ ਨਹੀਂ ਹਰਜੋਤ ਸਿੰਘ ਬੈਂਸ ਦਾ ਉਹਨਾਂ ਨੇ ਨਾ ਲਿਆ ਉਹ ਕਹਿੰਦੇ ਵੀ ਇਹਨਾਂ ਦਾ ਬੇਨਕਾਬ ਹੋ ਗਿਆ ਹਰਜੋਤ ਸਿੰਘ ਬੈਂਸ ਤੇ ਰੂਪਰ ਪ੍ਰਸ਼ਾਸਨ 1 ਕਿਲੋਮੀਟਰ ਲੰਬਾ ਆਨੰਦਪੁਰ ਸਾਹ ਪੁਲ ਜਿਹੜਾ ਕਿ 1986 ਵਿੱਚ 70 ਕਰੋੜ ਲਾਗਤ ਨਾਲ ਬਣਿਆ ਸੀ ਜਿਹੜਾ ਕਿ ਗੈਰ ਕਾਨੂੰਨੀ ਮਾਈਨਿੰਗ ਦੇ ਕਾਰਨ ਤਬਾਹ ਹੋਣ ਦੇ ਕਗਾਰ ਹੈ ਉਹਨਾਂ ਨੇ ਇੰਗਲਿਸ਼ ਅਖਬਾਰ ਦੀ ਜਿਹਦੇ ਚ ਖਬਰ ਛਪੀਏ ਉਹਨੂੰ ਆਪਣੇ ਟਵਿੱਟਰ ਹੈਂਡਲ ਤੇ ਟੈਗ ਵੀ ਕੀਤਾ ਜੀਠਿਆ ਨੇ ਆਖਿਆ ਕਿ ਰਵਿੰਦ ਕੇਜਰੀਵਾਲ ਨੇ 2022 ਦੀਆਂ ਚੋਣਾਂ 'ਚ ਦਾਵਾ ਕੀਤਾ ਸੀ ਉਹੀ ਗੱਲ ਵੀ ਗੈਰਕਾਨੂੰਨੀ ਜਿਹੜੀ ਕਾਨੂੰਨੀ ਮਾਈਨਿੰਗ ਇਲੀਗਲ ਮਾਈਨਿੰਗ ਹੋਣੀ ਉਹਨਾਂ ਨੂੰ ਰੋਕਾਂਗੇ 20000 ਕਰੋੜ ਰੁਪਏ ਕਮਾਵਾਂਗੇ ਤੇ ਇਹਦੀ ਵਾਰ ਸਾਹਿਬ ਤੇ ਉਹਦੋਂ ਇਹ ਵੀ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲਾਵਾਂਗੇ ਅਸੀਂ ਲਾਲ ਬੱਤੀ ਨਹੀਂ ਲਾਵਾਂਗੇ ਅਸੀਂ ਤੇ ਆਮ ਆਦਮੀ ਹੁੰਦੇ ਇਹਨਾਂ ਦੇ ਐਮਐਲਏ ਸਾਹਿਬ ਇਹ ਕਹਿੰਦੇ ਵੀ ਸਾਨੂੰ ਸਲੂਟ ਨਹੀਂ ਵੱਜਦਾ ਤੇ ਬੰਦਾ ਬਦਲਦੇ ਹੋ ਇਹਨੂੰ ਲੈ ਕੇ ਵੈਸੇ ਤੇ ਅੱਜ ਲక్ష్ਮੀਕਰ ਦਾ ਚਾਵਲਾ ਮੈਨੇ ਨੇ ਵੀ ਸਰਕਾਰ ਦੇ ਉੱਤੇ ਕਟਾਕਸ਼ ਕੀਤਾ ਵੀ ਤੁਸੀਂ ਆਏ ਕੀ ਕਹਿ ਕੇ ਸੀ ਤੇ ਕਰ ਕੀ ਰਹੇ ਹੋ ਬੀ ਲੋਕਾਂ ਨੂੰ ਤੁਸੀਂ ਮੂਰਖ ਸਮਝਦੇ ਹੋ ਵੀ ਲੋਕਾਂ ਨੇ ਤੇ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਦਾ ਬਦਲਾਵ ਲੱਭਿਆ ਬਦਲਾਵ ਲੱਭਿਆ ਤੁਹਾਨੂੰ ਚੁਣਿਆ ਤੁਹਾਨੂੰ ਤੇ ਲੋਕਾਂ ਨੂੰ ਡਿਲੀਵਰ ਕਰਨਾ ਚਾਹੀਦਾ ਵਤ ਵਤ ਲੋਕਾਂ ਦੀਆਂ ਸੇਵਾਵਾਂ ਕਰਨੀਆਂ ਚਾਹੀਦੀਆਂ ਪਰ ਤੁਸੀਂ ਦੇਖੋ ਕਰ ਕੀ ਰਹੇ ਹੋ ਲੋਕ ਰੋਂਦੇ ਫਿਰਦੇ ਨੇ ਮਰਦੇ ਫਿਰਦੇ ਨੇ ਵਿਕਰਮ ਸਿੰਘ ਮਜੀਠੀਆ ਨੇ ਪੁੱਛਿਆ ਜੇ ਭੁੱਲ ਟਹਿ ਗਿਆ ਇਹਨੂੰ ਦੁਬਾਰਾ ਬਣਾਉਣ ਦਾ ਜਿਹੜਾ ਸਾਰਾ ਖਰਚਾ ਇਨਾ ਵਿਅਕਤੀਆਂ ਕੋਈ ਲੈਣਾ ਚਾਹੀਦਾ ਜਿਹੜੇ ਕਿ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਉਹਨਾਂ ਇਹ ਵੀ ਆਖਿਆ ਵੀ ਕਦੋਂ ਰੁਕਣਗੇ ਭਗਵੰਤ ਮਾਨ ਜੀ ਮੰਤਰੀ ਤੁਹਾਡੇ ਪੰਜਾਬ ਦੀ ਇਸ ਖੁੱਲੀ ਲੁੱਟ ਨੂੰ ਰੋਕਣ ਲਈ ਤੁਸੀਂ ਕੰਮ ਕਦੋਂ ਸ਼ੁਰੂ ਕਰੋਗੇ ਇਹ ਵੀ ਉਹਨਾਂ ਨੇ ਜਿਟਿਆ ਸਾਹਿਬ ਨੇ ਪੁੱਛਿਆ ਹੁਣ ਦੇਖੋ ਇਲੀਗਲ ਮਾਈਨਿੰਗ ਰੁਕੇਗੀ ਕਿ ਨਹੀਂ ਰੁਕੇਗੀ ਇਹ ਤੇ ਬਹੁਤ ਵੱਡਾ ਸਵਾਲ ਹੈ ਕੌਣ ਲੋਕਾਂ ਨੂੰ ਕੀ ਮਿਲਿਆ ਇਹ ਤੇ ਆਮ ਘਰਾਂ ਦੇ ਕਾਕੇ ਜਿਵੇਂ ਹੁੰਦਾ ਨਾ ਕੋਈ ਐਮਐਲਏ ਬਣ ਕੇ ਬਹਿ ਗਿਆ ਕੋਈ ਮੰਤਰੀ ਬਣ ਕੇ ਬਹਿ ਗਿਆ ਸਿਕਿਉਰਟੀਆਂ ਫੁੱਲ ਸੁਵਿਧਾਵਾਂ ਫੁੱਲ ਰਿਜ਼ਲਟ ਜ਼ੀਰੋ ਜ਼ੀਰੋ ਬਿਲਕੁਲ ਡਿਲੀਵਰੀ ਜੀ ਜੀ ਤੇ ਸਰ ਪਰਾਲੀ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਟਿੱਪਣੀ ਕੀਤੀ ਹੈ ਤੇ ਅਤੀਸ ਦੇ ਨਾਲ ਹੀ ਖੇਤੀਬਾੜੀ ਦੇ ਮਤਲਬ ਮਾਹਿਰ ਨੇ ਸਰਦਾਰਾ ਸਿੰਘ ਜੋਹਰ ਜੀ ਤੇ ਉਹਨਾਂ ਨੇ ਪਰਾਲੀ ਨੂੰ ਟਿਕਾਣੇ ਲਾਉਣਾਸਤੇ ਵੀ ਆਪਣੀ ਇੱਕ ਹੱਲ ਦੱਸਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੋਲਿੰ ਦੇਖੋ ਸੁਪਰੀਮ ਕੋਰਟ ਨੇ ਪਰਾਲੀ ਨੂੰ ਲੈ ਕੇ ਬਹੁਤ ਸ਼ਕਤੀ ਦਿਖਾਈ ਹੋਈ ਹੈ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਸ਼ਕਤੀ ਦਿਖਾ ਰਿਹਾ ਹੈ ਸਰਕਾਰਾਂ ਨੇ ਬਹੁਤ ਸਾਰੇ ਕਬਜ਼ੇ ਕੀਤੇ ਕੱਲ ਦੇਖੋ ਕਿਸਾਨਾਂ ਨੇ ਬਹੁਤ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਘੇਰੇ ਸਨ ਤੇ ਕਈ ਥਾਵਾਂ ਤੇ ਸਾਹਮਣੇ ਅੱਗ ਵੀ ਲਾਈ ਉਹਨਾਂ ਨੇ ਹਲ ਨਹੀਂ ਨਿਕਲ ਪਾਰਿਆ ਜੇ ਸੈਂਟਰ ਗਵਰਨਮੈਂਟ ਕੋਈ ਸਬਸਿਡੀ ਭੇਜਦੀ ਹੈ ਇੱਥੇ ਮਾਲ ਖਾ ਜਾਂਦੇ ਨੇ ਤੁਸੀਂ ਦੇਖੋ 2000 ਚੈਕਿੰਗ ਹੋਈ ਸੀਗੀ 143 ਕਰੋੜ ਰੁਪਈਆ ਹੀ ਖਾ ਗਏ ਉਹਦੀ ਜ਼ਿੰਮੇਵਾਰੀ ਕਿ ਨਹੀਂ ਹੁਣ ਦੇਖੋ ਸੁਪਰੀਮ ਕੋਰਟ ਵੀ ਕਰੇ ਤੇ ਕਰੇ ਕੀ ਸੁਪਰੀਮ ਕੋ ਦੇਖੋ ਜਿਹੜਾ ਹਵਾ ਦੂਸ਼ੀਤ ਹੋਈਏ ਲੋਕਾਂ ਨੂੰ ਸਾਥ ਲੈਣਾ ਜੀ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਸਾਬ ਬੱਚੇ ਨੇ ਵੀ ਲੈਣਾ ਸਾਬ ਬਜ਼ੁਰਗ ਨੇ ਵੀ ਲੈਣਾ ਸਾਥ ਜਮਾਨ ਨੇ ਵੀ ਲੈਣਾ ਇਹ ਥੋੜੀ ਵੀ ਫਿਲਟਰ ਹੋ ਕੇ ਤੁਸੀਂ ਹੋਰ ਵਾਜ ਸਾਥ ਲੈਣ ਦਿਓ ਮੈਂ ਹੋਰ ਵਾਜ ਸਾ ਲੈਣ ਆ ਤੇ ਇਸ ਕਰਕੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਸੀਗੀ ਤੇ ਉਹਨਾਂ ਨੇ ਆਖਿਆ ਵੀ ਜਿਹੜਾ ਕਿਸਾਨਾਂ ਨੂੰ ਘੱਟ ਤੋਂ ਘੱਟ ਜਿਹੜਾ ਜਿਹੜੇ ਪਰਾਲੀ ਸਾਣੋਂ ਨਹੀਂ ਹਟਦੇ ਉਹਨਾਂ ਨੂੰ ਫਸਲਾਂ ਦਾ ਸਮਰਥਨ ਮੁੱਲ ਦਾ ਲਾਭ ਨਾ ਦਿਓ ਉਹਨਾਂ ਨੇ ਇਹ ਵੀ ਆਖਿਆ ਵੀ ਸੁਪਰੀਮ ਕੋਰਟ ਨੇ ਆਖਿਆ ਕਿ ਬਿਹਾਰ ਦੇ ਵਿੱਚ ਕਿਸਾਨ ਪਰਾਲੀ ਸਾੜਦੇ ਨਹੀਂ ਪਰ ਸਗੋਂ ਫਸਲਾਂ ਹੱਥਾਂ ਦੇ ਨਾਲ ਵੜਦੇ ਨੇ ਪਰ ਇੱਥੇ ਤੇ ਦੂਜੇ ਥਾਵਾਂ ਤੋਂ ਝੋਨਾ ਲਿਆ ਲਿਆ ਵੇਚੀ ਜਾਂਦੇ ਨੇ ਮਤਲਬ ਚੋਰ ਰਲੇ ਸਭ ਮਾ ਬੁਰਾ ਹਾਲ ਕਹਿੰਦੇ ਵੀ ਗਲਤ ਤੇ ਬਦਲਾਅ ਕੀ ਆਇਆ ਤੇ ਕੀ ਨਹੀਂ ਇਹ ਤੇ ਜਨਤਾ ਵਹਿਤਰ ਜਾਂਦੀ ਹੈ ਹੁਣ ਸੁਪਰੀਮ ਕੋਰਟ ਨੇ ਅਹੰਦਰਦੀ ਵੀ ਜਿਤਾਈ ਕਿਸਾਨਾਂ ਦੇ ਨਾਲ ਉਹਨਾਂ ਨੇ ਆਖਿਆ ਵੀ ਜਿਹੜੇ ਪੁਰਾਣੀ ਸਾੜਦੇ ਨੇ ਕਿਸਾਨ ਉਹਨਾਂ ਨੂੰ ਵਿਲਨ ਬਣਾਤਾ ਜਾਂਦਾ ਹੈ ਉਹਨਾਂ ਦਾ ਪੱਖ ਕੋਈ ਹੁੰਦਾ ਨਹੀਂ ਵੀ ਕਿਸਾਨ ਆਖਰਕਾਰ ਕਿਉਂ ਮਜਬੂਰ ਹੈ ਪਰਾਲੀ ਸਾੜਨ ਨੂੰ ਇਹਦੇ ਵੀ ਹੱਲ ਹੋਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਸੀ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਨਹੀਂ ਸੀ ਨਾ ਬਣੇ ਸਰਕਾਰ ਨੇ ਸੀ ਆਮ ਆਦਮੀ ਪਾਰਟੀ ਦੀ ਕਹਿੰਦੇ ਕੋਈ ਪਰਾਲੀ ਨਹੀਂ ਸਾੜੇਗਾ ਐਸੇ ਇੰਤਜ਼ਾਮ ਕਰਦੇਾਂਗੇ ਇੰਤਜ਼ਾਮ ਉਹਨਾਂ ਨੇ ਕੀਤੇ ਕੀ ਰੱਬ ਹੀ ਜਾਣੇ ਉਹਨਾਂ ਨੇ ਆਖਿਆ ਵੀ ਪਿਛਲੇ ਤੇ ਇਸ ਵਾਰੀ ਜਿਹੜਾ ਨਵੰਬਰ ਹੈ ਨਾ ਪਿਛਲੇ ਜੇ ਪੰਜਾਂ ਛੇ ਸਾਲਾਂ ਦੀ ਗੱਲ ਕਰੀ ਨਾ ਸੁਪਰੀਮ ਕੋਰਟ ਨੇ ਆਖਿਆ ਤੇ ਇਹ ਇਸ ਵਾਰੀ ਨਵੰਬਰ ਸਭ ਤੋਂ ਜ਼ਿਆਦਾ ਜਿਹੜਾ ਦੂਸ਼ਿਤ ਰਿਹਾ ਕਹਿੰਦੇ ਵੀ ਸਮੱਸਿਆ ਦਾ ਹੱਲ ਕਰਨਾ ਸਰਕਾਰ ਦਾ ਕੰਮ ਆ। ਇਹ ਵੀ ਸੁਪਰੀਮ ਕੋਰਟ ਤੇ ਆਦੇਸ਼ ਹੀ ਜਾਰੀ ਕਰ ਸਕਦਾ ਨਾ। ਦੂਜੇ ਪਾਸੇ ਹੁਣ ਸਰਕਾਰ ਕਹਿੰਦੀ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ। ਹਲਫਨਾਮਾ ਦਿੱਤਾ ਹੈ ਕਿ ਆ ਵੀ ਪਰਾਲੀ ਸਾੜਨ ਵਾਲਿਆਂ ਨੂੰ ਅਸੀਂ 2 ਕਰੋੜ ਰੁਪਏ ਦਾ ਜੁਰਮਾਨਾ ਕੀਹਦਾ ਜਾਣਾ ਵਸੂਲ ਕੀਤਾ ਉਹਨਾਂ ਕੋਲੋਂ ਤੇ 6 ਜ਼ਿਲ੍ਹਿਆਂ ਵਿੱਚ ਪਰਾਲੀ ਨੂੰ ਸਾੜਿਆ ਨਹੀਂ ਗਿਆ। ਸੁਪਰੀਮ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਤੇ ਬਿਮਾਰ ਲੋਕ ਪ੍ਰਭਾਵਿਤ ਹੋ ਰਹੇ ਨੇ। ਲੋਕੀ ਸਾਹ ਨਹੀਂ ਲੈ ਪਾ ਰਹੇ, ਬਿਮਾਰ ਹੋ ਰਹੇ ਨੇ ਇਸ ਕਰਕੇ ਤੁਸੀਂ ਇਹਦੇ ਤੇ ਕੋਈ ਹੱਲ ਕਰੋ ਸਾਨੂੰ ਨੂੰ ਸੁਣਦਿਆਂ ਇਹ ਚੀਜ਼ਾਂ ਬਹੁਤ ਹੋ ਗਈਆਂ ਤੇ ਆਉਣ ਵਾਲੇ ਦਿਨਾਂ ਵਿੱਚ ਦੇਖੋ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ ਐਫਆਈਆਰ ਦਰਜ ਕਰਨਾ ਕੋਈ ਹੱਲ ਨਹੀਂ ਕਿਉਂਕਿ ਇੱਕ ਪਾਸੇ ਤੇ ਕਿਸਾਨ ਸੰਗਠਨ ਲਗਾਤਾਰ ਜਿਹੜੇ ਐ ਵਿਰੋਧ ਕਰ ਰਹੇ ਨੇ ਵੀ ਇਹ ਕਿਸਾਨਾਂ ਦੇ ਉੱਤੇ ਕੀਤੀਆਂ ਐਫਆਈਆਰ ਦਰਜ ਕੀਤੀਆਂ ਜਿਹੜੀਆਂ ਉਹ ਵਾਪਸ ਮੀਆਂ ਜਾਣ ਹੋਰ ਜਿਹੜੇ ਉਹਨਾਂ ਤੇ ਜਿਹੜੀਆਂ ਕਾਰਵਾਈ ਹੋ ਰਹੀ ਹੈ ਜਾਂ ਉਹਨਾਂ ਤੇ ਲਾਈਸੈਂਸ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਰੈਡ ਐਂਟਰੀ ਕੀਤੀ ਜਾ ਰਹੀ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਨਹੀਂ ਤੇ ਚੇਤਾਵਨੀ ਦਿੱਤੀ ਸਰਕਾਰ ਨੂੰ ਕਿਸਾਨਾਂ ਨੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਆਪਣਾ ਸੰਘਰਸ਼ ਤੇਜ਼ ਕਰ ਦੇਵਾਂਗੇ ਹੁਣ ਤੁਸੀਂ ਗੱਲ ਕੀਤੀ ਹੈ ਵੀ ਖੇਤੀਬਾੜੀ ਮਾਹਰ ਡਾਕਟਰ ਸਰਦਾਰਾ ਸਿੰਘ ਜੋਲ ਪਰ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸਾਬ ਕਾ ਵਾਈਸ ਚਾਂਸਲਰ ਰਹੇ ਚੁੱਕੇ ਨੇ ਤੇ ਬਹੁਤ ਇਹਨਾਂ ਦਾ ਯੋਗਦਾਨ ਹੈ ਖੇਤੀਬਾੜੀ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਨੂੰ ਹੌਲੀ-ਹੌਲੀ ਨਿੱਜੀ ਖੇਤਰ ਦਾ ਸੇਕ ਯੋਗ ਲੈਣਾ ਚਾਹੀਦਾ ਉਹਨਾਂ ਦੀ ਹੈਲਪ ਲੈਣੀ ਚਾਹੀਦੀ ਹੈ ਤਾਂ ਕਿ ਪਰਾਲੀ ਨੂੰ ਟਿਕਾਣੇ ਲਾਇਆ ਜਾ ਸਕੇ ਤੁਸੀਂ ਦੇਖੋ ਨਾ ਜਦੋਂ ਕਿਤੇ ਕੋਈ ਲੰਗਰ ਲੱਗਦਾ ਹੈ ਵਿਆਹ ਸ਼ਾਦੀ ਹੁੰਦੀਆਂ ਬਹੁਤ ਸਾਰੀਆਂ ਕਈ ਵਾਰੀ ਡਿਸਪੋਜ਼ੇਬਲ ਆਈਟਮਸ ਯੂਜ਼ ਹੁੰਦੀਆਂ ਕੀ ਪਰਾਲੀ ਦੇ ਨਾਲ ਅਸੀਂ ਇਸ ਤਰ੍ਹਾਂ ਦਾ ਕੋਈ ਪਲਾਂਟ ਨਹੀਂ ਲਾ ਸਕਦੇ ਵੀ ਡਿਸਪੋਜ਼ੇਬਲ ਜਿਹੜੀਆਂ ਚੀਜ਼ਾਂ ਬਣਨ ਉਹਦਾ ਯੂਜ਼ ਵੀ ਹੋ ਗਿਆ ਪਰਾਲੀ ਨੂੰ ਅਗਲਾ ਨਹੀਂ ਵੀ ਦੇਖੋ ਲੋਕਾਂ ਕਿਸਾਨਾਂ ਨੂੰ ਫਾਇਦਾ ਵੀ ਹੋ ਗਿਆ ਹਾਲਾਂਕਿ ਨਿਤਿਨ ਗੜਕਰੀ ਸਾਹਿਬ ਨੇ ਇਹ ਕਿਆਸੀ ਵੀ ਇਸ ਤਰ੍ਹਾਂ ਦਾ ਹੱਲ ਕਰ ਦੇਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਲੋਕ ਮਤਲਬ ਲੱਭਣਗੇ ਸਰਣਗੇ ਨਹੀਂ ਪਰ ਜਦੋਂ ਹੋਏਗਾ ਉਦੋਂ ਹੋਏਗਾ ਨਾ ਅੱਜ ਉਹਨਾਂ ਨੇ ਲੁਧਿਆਣੇ ਚ ਪ੍ਰੈਸ ਕਾਨਫਰੰਸ ਕੀਤੀ ਏ ਤੇ ਉਹਨਾਂ ਨੇ ਆਖਿਆ ਵੀ ਸਾਨੂੰ ਝੋਨੇ ਦੀ ਫਸਲ ਤੋਂ ਦੂਰ ਜਾਣ ਦੀ ਲੋੜ ਹੈ ਬੜੀ ਵਾਰੀ ਕਿਹਾ ਜਾ ਚੁੱਕਿਆ ਵੀ ਧਰਤੀ ਦਾ ਹਥਲਾ ਪਾਣੀ ਜਿਹੜਾ ਉਹ ਖਤਮ ਹੋ ਰਿਹਾ ਹੈ ਬਸੇ ਝੋਨਾ ਉਗਾਨ ਦੇ ਵਿੱਚ ਲਗਾਤਾਰ ਪਾਣੀ ਕੱਢੀ ਜਾ ਰਹੇ ਆ ਜ਼ਮੀਨ ਚੋਂ ਆਖਰਕਾਰ ਇੱਕ ਵਾਰਾਂ ਤੇ ਪਾਣੀ ਖਤਮ ਹੋਊਗਾ ਹੀ ਨਾ ਹਾਲਾਂਕਿ ਸਰਕਾਰ ਨੇ ਹੁਣ ਇੱਕ ਫੈਸਲਾ ਲਿਆ ਜਿੱਥੇ-ਜਿੱਥੇ ਨਹਿਰ ਜਾਂਦੀ ਜਿੱਥੇ ਨਹਿਰ ਦਾ ਪਾਣੀ ਇਰੀਗੇਸ਼ਨ ਵਾਸਤੇ ਫਸਲਾਂ ਦੀ ਸਿੰਚਾਈ ਵਾਸਤੇ ਦਿੱਤਾ ਜਾ ਸਕਦਾ ਨਾ ਉੱਥੇ ਆਸ-ਪਾਸ ਟਿਊਬਵਲਾਂ ਦੇ ਕਨੈਕਸ਼ਨ ਨਹੀਂ ਦਿੱਤੇ ਜਾਣਗੇ ਫਾਰਮਰ ਨੂੰ ਕਿਉਂਕਿ ਉਹ ਮੱਛੀ ਪੰਪ ਲਾਇਆ ਹੁੰਦਾ ਮੋਟਰ ਛੱਡੀ ਹੁੰਦੀ ਚੱਲੀ ਜਾਂਦਾ ਪਾਣੀ ਕਹਿੰਦੇ ਕਿਹੜੇ ਇਹੀ ਕਿਹੜਾ ਕੋ ਬਿੱਲ ਦੇਣਾ ਇਸ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੇ ਇਹ ਕਿਹਾ ਵੀ ਧਰਤੀ ਦਾ ਪਾਣੀ ਹੇਠਲੇ ਜਿਹੜਾ ਹੈ ਨਾ ਉਹ ਇੰਨਾ ਘਟ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਣਾ ਜੇ 16 ਸਾਲ ਦੇ ਵਿੱਚ ਹੀ ਤੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਦੇਖ ਕੇ ਕੀ ਜਾ ਰਹੇ ਹਾਂ ਅਸੀਂ ਆਉਣ ਵਾਲੀ ਨਸਲਾਂ ਨੂੰ ਕੀ ਦੱਸਾਂਗੇ ਵੀ ਅਸੀਂ ਤੁਹਾਡਾ ਜਿਹੜੀ ਸਾਡੀ ਜਨਰੇਸ਼ਨ ਆ ਉਹਨਾਂ ਨੇ ਇੰਨਾ ਲੁੱਟ-ਲੁੱਟ ਲੈ ਕੇ ਲੁੱਟ ਲਿਆ ਪੰਜਾਬ ਨੂੰ ਕਿ ਪੰਜਾਬ ਲੁੱਟ-ਲੁੱਟ ਕੇ ਕਰਜ਼ਾਈ ਕਰਤਾ ਤੁਹਾਡੇ ਲਈ ਨਾ ਅਸੀਂ ਸਾਫ਼ ਪਾਣੀ ਰਹਿਣ ਦਿੱਤਾ ਨਾ ਤੁਹਾਡੇ ਲਈ ਸਾਫ਼ ਹਵਾ ਰਹਿਣ ਦਿੱਤੀ ਨਾ ਤੁਹਾਡੇ ਲਈ ਸਾਫ਼ ਕਾਨ ਨੂੰ ਰਹਿਣ ਦਿੱਤਾ ਇਸ ਕਰਕੇ ਰੱਬ ਦਾ ਵਾਸਤਾ ਇਹ ਸਾਰੇ ਨਿਠ ਕੇ ਦੂਰ ਕਰੋ ਇਹ ਸਾਰੀਆਂ ਸਮੱਸਿਆਵਾਂ ਨਸ਼ਾ ਉਹਦਾ ਹੱਲ ਨਹੀਂ ਲੱਭ ਰਿਆ ਵੀ ਆਖਰਕਾਰ ਸਰਕਾਰਾਂ ਦਾ ਕੰਮ ਹੈਗਾ ਫੈਸਿਲੀਟੇਟ ਕਰਨਾ ਲੋਕਾਂ ਨੂੰ ਉਹ ਸਦਾਰਾ ਸਿੰਘ ਜਾਲ ਨੇ ਬੜੀਆਂ ਚਰੀਆਂ ਗੱਲਾਂ ਹੋਰ ਕੀਤੀਆਂ ਉਹਨਾਂ ਨੇ ਇਹ ਵੀ ਆਖਿਆ ਕਿ ਆਮਦਨ ਦਾ ਬਹੁਤ ਵੱਡਾ ਅਸ਼ਾ ਜਿਹੜਾ ਹੈ ਕਰਜ਼ੇ ਮੋੜਨ ਤੇ ਚਲਾ ਜਾਂਦਾ ਪੰਜਾਬ ਦਾ ਕਿਉਂਕਿ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਤੇ ਕਿਦਾਂ ਬੇਰੋਜ਼ਗਾਰੀ ਅਜੇ ਰੁਕੀ ਨਹੀਂ ਹੈ ਨਸ਼ਾ ਰੁਕਿਆ ਨਹੀਂ ਹੈ ਵਿਦੇਸ਼ਾਂ ਚ ਨੌਜਵਾਨ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਨੇ ਤੇ ਸਰ ਜੇਲ ਦੇ ਵਿੱਚੋਂ 8ਵੀਂ ਵਾਰ ਕਿਹਾ ਜਾ ਰਿਹਾ ਹੈ ਕਿ ਵੀ ਜੋ ਆਪਣੇ ਰਾਮ ਰਹੀਮ ਜੀ ਨੇ ਉਹ ਇੱਕ ਵਾਰੀ ਫੇਰ ਬਾਹਰ ਆ ਚੁੱਕੇ ਨੇ ਪਰੋਲ ਤੇ ਉੱਤੇ ਜੀ ਤੇ ਇਸ ਉੱਤੇ ਇੱਕ ਵਾਰੀ ਫੇਰ ਸਿਆਸਤ ਗਰਮ ਆ ਗਈ ਹੈ ਦੇਖੋ ਰਾਮ ਰਹੀਮ ਜੀ ਹੈਗੇ ਨੇ ਕਾਲਨ ਮੈਸेंजर ਆਫ ਗੋਡ ਬਿਲਕੁਲ ਤੁਹਾਨੂੰ ਯਾਦ ਹੈ ਉਹਨਾਂ ਨੇ ਫਿਲਮਾਂ ਬਣਾਈਆਂ ਸੀ ਉਹਨਾਂ ਤੇ ਬੜੇ سنگੀਨ ਆਰੋਪ ਨੇ ਕਿ ਕਿਸ ਤਰ੍ਹਾਂ ਕਤਲ ਦੇ ਆਰੋਪ ਨੇ ਹੋਰ ਵੀ ਆਰੋਪ ਨੇ ਉਹਨਾਂ ਦੇ ਉੱਤੇ ਤੇ ਪਰ ਉਹਨਾਂ ਨੂੰ ਪਰੋਲ ਵਾਰ-ਵਾਰ ਦੇ ਦਿੱਤੀ ਜਾਂਦੀ ਹੈ ਸਰਕਾਰਾਂ ਉਹਨਾਂ ਤੇ ਮਿਹਰਬਾਨ ਹੈ ਕਿਉਂਕਿ ਉਨ ਇਲੈਕਸ਼ਨ ਆ ਗਏ ਨਾ ਤੁਸੀਂ ਦੇਖੋ ਅ ਰਾਜਸਥਾਨ ਚ ਇਲੈਕਸ਼ਨ ਨੇ ਹਰਿਆਣਾ ਚ ਵੀ ਇਲੈਕਸ਼ਨ ਹੋਣੇ ਆ ਤੇ ਸਾਡੇ ਤੇ ਹਰ ਚੀਜ਼ ਜਿਹੜੀ ਇੱਥੇ ਇਲੈਕਸ਼ਨ ਨਾਲ ਜੋੜ ਕੇ ਵੇਖੀ ਜਾਂਦੀ ਹੈ ਹਮ ਹਰਿਆਣਾ ਦੀ ਰੋहतक ਦੀ ਸੁਨਿਆਰਾ ਜੇਲ੍ਹ ਚ ਇਹ ਬੰਦਿਆ 21 ਦਿਨਾਂ ਦੀ ਪ੍ਰੋਲ ਇਹਨਾਂ ਨੂੰ ਮਿਲ ਗਈ ਹੈ ਤੇ ਇਹਨਾਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਤੁਸੀਂ ਉੱਤਰ ਪ੍ਰਦੇਸ਼ ਦੀ ਬਰਵਾਨਾ ਆਸ਼ਰਮ ਵਿੱਚ ਹੀ ਰਹੋਗੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਇਹ ਅੰਦਰ ਸਜ਼ਾ ਕਟਣ ਜਾਂਦੇ ਨੇ ਜਾਂ ਕੀ ਕਰਨ ਜਾਂਦੇ ਨੇ ਦੇਖੋ ਫਿਰ ਦੂਜੇ ਪਾਸੇ ਬਹੁਤ ਸਾਰੇ ਕੱਲ ਐਸਜੀਪੀਸੀ ਦੀ ਮੀਟਿੰਗ ਹੋਈ ਉਹਨਾਂ ਨੇ ਕਿਹਾ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਵੀ ਕਿਉਂ ਜਿਹੜੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਹੁਣ 30 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਕਰੀਬ ਕਰੀਬ 8ਵੀਂ ਵਾਰੀ ਪ੍ਰੋਲ ਦਿੱਤੀ ਗਈ ਏ ਤੇ 2023 ਇਸ ਸਾਲ ਚ ਤੀਸਰੀ ਵਾਰਾਂ ਪ੍ਰੋਲ ਇਹਨਾਂ ਨੂੰ ਮਿਲ ਰਹੀ ਹੈ ਤੇ ਹੁਣ ਇੱਕ ਪਟੀਸ਼ਨ ਵੀ ਪਈ ਸੀ ਐਸਜੀਪੀਸੀ ਨੇ ਪਾਈ ਸੀ ਉਹਦਾ ਬਣਿਆ ਕੀ ਹਜੇ ਤੱਕ ਸਾਨੂੰ ਪਤਾ ਨਹੀਂ ਹੈ ਪਰ ਤੁਸੀਂ ਦੇਖੋ ਵੋਟਾਂ ਨਾਲ ਜੋੜ ਕੇ ਵੇਖਿਆ ਜਾਂਦਾ ਇਹਨਾਂ ਦਾ ਕਿਹਾ ਜਾਂਦਾ ਕਿ ਇਹਨਾਂ ਦਾ ਬਹੁਤ ਪ੍ਰਭਾਵ ਹੈ ਰਾਜਸਥਾਨ ਦੇ ਵਿੱਚ ਵੀ ਫਾਲੋਅਰ ਬਹੁਤ ਹੈ ਹਰਿਆਣਾ ਦੇ ਵਿੱਚ ਵੀ ਤੇ ਹੁਣ ਬਾਹਰ ਆਏ ਨੇ ਕਿਹੜੀ ਪਾਰਟੀ ਨੂੰ ਫਾਇਦਾ ਮਿਲੇਗਾ ਜਦੋਂ ਸਰਕਾਰਾਂ ਨੂੰ ਪੁੱਛਿਆ ਜਾਂਦਾ ਤੇ ਸਰਕਾਰਾਂ ਕਹਿੰਦੀਆਂ ਇਹ ਵੀ ਜੇ ਪ੍ਰੋਲ ਦਿੱਤੀ ਹੈ ਫਰ ਲੋ ਫਰ ਲੋ ਕਹਿ ਰਹੇ ਹਨ ਉਹਨੂੰ ਫਰ ਲੋ ਫਰ ਲੋ ਦਿੱਤੀ ਹੈ ਤੇ ਕੋਈ ਨਿਯਮਾਂ ਦੇ ਅਧਾਰ ਤੇ ਦਿੱਤੀ ਉਹਦੇ ਫਿਰ ਬਾਪੂ ਆਸਰਾਮ ਵੀ ਅੰਦਰ ਬੰਦਾ ਹੈ ਉਹ ਵੀ ਵਿਚਾਰਾ ਕਹਿੰਦਾ ਮੈਂ ਮੈਂ ਕੀ ਗੁਰਾ ਕੀਤਾ ਵੀ ਮੈਨੂੰ ਵੀ ਦੇ ਦਿਓ ਮੈਂ ਵੀ ਬੜੇ ਪਕੀਰਤਨਕੂਰਤਨ ਕਰਦਾ ਹਾਂ ਆਰੋਪ ਤੇ ਉਹਤੇ ਵੀ ਉਹੀ ਨੇ ਹਾਂਜੀ ਮਤਲਬ ਦੋ ਦੋ ਕਾਨੂੰਨ ਹੂੰ ਬਾਰੇ ਸਰਕਾਰ ਤੇ ਸਰਕਾਰਾਂ ਨੇ ਜੀ ਨਾ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਕੋਰਟ ਦੇ ਫੈਸਲੇ ਤੇ ਬਾਕੀ ਰੱਬ ਹੀ ਰੱਖਿਆ ਕੋਲਿੰਗ ਸ਼ਮਾ ਹੋ ਗਿਆ ਇਜਾਜ਼ਤ ਲਈ ਬਿਲਕੁਲ ਸਰ ਤੇ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਅੱਛਾ ਲੱਗਦਾ ਹੈ ਤਾਂ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਨਮਸਕਾਰ ਸਸ਼ੀਕਰ